एक ही बंदे तेरे मदद वही है बंदे वही है बंदे इन्होंने बड़ा कभी गिर पाया अज एक भी बंदा जान नहीं देना मैं तेन दस एक भी बंदा जान नहीं देना फर्ज शाबाश किकरा शाबाश नहीं मैं उपर पता नहीं कि चीज कवर करनी है सारा पिंड मैं कवर करना और जनानी की ਉਹ ਮੈਂ ਜਾਣਦਾ ਤੂੰ ਕੀ ਕਵਰ ਕਰਨਾ ਕੰਮ ਲੱਗੀ ਹੈ ਕੋਈ ਕੰਮ ਕਰੀਏ ਉਹ ਤੈਨੂੰ ਨਹੀਂ ਪਤਾ ਸਰਦਰ ਚੱਕੀ ਜਾਣਾ ਤੈਨੂੰ ਚੱਕੀ ਦੇਣ ਜਿਆਦਾ ਹੁਣ ਟਾਈਮ ਖਰਾਬ ਨਾ ਕਰ ਮੈਂ ਤੈਨੂੰ ਦੱਸਾਂ ਨੌਜਵਾਨ ਮੁੰਡਾ ਵਾਂ ਚੜ ਉੱਪਰ ਡਾਈ ਮਾਰ ਮਰਵਾਣਾ ਹੀ ਐਡੀ ਉੱਤੋਂ ਤੂੰ ਕਿਤੇ ਨਹੀਂ ਮਰਦਾ ਤੂੰ ਚੱਲ ਮੈਨੂੰ ਪਤਾ ਬਸ ਚੱਲ ਉੱਪਰ ਚੱਲ ਫੜ ਸਾਰਾ ਹੁਣ ਸਮਾਨ ਮੈਨੂੰ ਪਵਾਈ ਜਾਣਾ ਵਾਂ ਚੜ ਉੱਪਰ ਚੱਲ ਕਬਾ 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 ਸ਼ਰੇ ਕਬਾ संदीप की सज्जी लत पे पोड़ा इथे ना मारियो मारती खब्बी बाह दी पहला टुटी हुई है ये ओते कह दे मारे ना मैं थोनो मेटो बुरा कोई नहीं मारी ओ क्यों मरवाई जाना ओए रोड़ती रीढ़ दी हड्डी दा पहला ऑपरेशन होया ये किसे ने ओदी मुक्की मारी ओदे चुप कर दे रब दा वास्ता ही मरती आ पास ओ बट गए कोई बहुत आ ਹਰੀ ਰੱਖੀ ਮੈਂ ਤੈਨੂੰ ਦੱਸਾਂ ਐ ਮੈਂ ਥੱਲੇ ਆ ਕੇ ਇਹਨਾਂ ਦਾ ਕਰੂਟਾ ਕਰਦਾ ਮੈਂ ਤੈਨੂੰ ਦੱਸਾਂ ਸੰਦੀਪ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਪਰ ਸਰ ਮੇਰੀ ਗੱਲ ਤਾਂ ਸੁਣੋ ਸ਼ਟ ਅਪ ਕੀ ਗੱਲ ਸੁਣਾ ਤੇਰੀ ਮੈਂ ਜੀ ਉਸ ਦਿਨ ਕਿੱਕਰ ਸਿੰਘ ਨੇ ਦਲੇਰੀ ਨਾ ਵਾਈ ਹੁੰਦੀ ਚੱਕੀ ਕਿਵੇਂ ਹੁੰਦੀ ਉਹ ਤਾਂ ਜੇ ਕਿਤੇ ਬੰਦੇ ਨਾ ਉਹਨਾਂ ਹੱਥ ਲੱਗਦੇ ਤਾਂ ਉਹਨਾਂ ਨੇ ਬਹੁਤ ਨੁਕਸਾਨ ਕਰਨਾ ਸੀ ਇਹਨਾਂ ਬੱਚਿਆਂ ਨੂੰ ਕੀ ਪਤਾ ਵਾ ਮੈਂ ਦੇਖਿਆ ਮੇਰੀ ਨਿਗਾਹ ਤੇ ਇਧਰੋਂ ਗੋਲੀ ਆਈ ਮੈਂ ਦੇਖ ਰਿਹਾ ਵੀ ਗੋਲੀ ਆਉਂਦੀ ਸੰਜੇ ਖੜਾ ਇਹਦਾ ਫੜ ਕੇ ਮੈਂ ਥੱਲੇ ਨੂੰ ਉਠਾਇਆ ਨਹੀਂ ਤਾਂ ਭੋਗ ਪੈ ਗਿਆ ਉਸ ਦਿਨ ਕੌਣ ਬਚਿਆ ਸੀ ਦੱਸ ਉਹ ਗਲਾ ਖੜਾ ਸਾਹਿਬ ਸ਼ਟ ਅਪ ਸਰ 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 ਦੇਖ ਤੁਹਾਡੇ ਸਾਹਮਣੇ ਬੋਲਣ ਨੂੰ ਨਹੀਂ ਖੜਦਾ ਹੈ ਤੁਹਾਡੇ ਸਾਹਮਣੇ ਦੇਖ ਤੁਹਾਡੀ ਪਿੱਠ ਪਿੱਛੇ ਪਤਾ ਨਹੀਂ ਕੀ ਤੂਰੀਆਂ ਕਰਦਾ ਤੁਹਾਡੀ इस करके जी कोई गल तुसी रेस्ट करो ते सानू भी छुट्टी देवो जी असीं नाका लाइए कि चार पैसे बनाइए कल सुना है कल सुनो ਤੈਨੂੰ ਤਮੀਜ਼ ਨਹੀਂ ਹੈ ਵੀ ਆਪ ਤੋਂ ਸੀਨੀਅਰ ਅਫਸਰ ਦੇ ਗਲਮੇ ਨੂੰ ਹੱਥ ਪਾਉਣ ਦਾ ਮਤਲਬ ਕੀ ਹੈ ਤੈਨੂੰ ਪਤਾ ਅੰਦਰ ਡਿਪਟੀ ਸਾਹਿਬ ਤੇਰੇ ਤੇ ਇੰਨੇ ਗੁੱਸੇ ਸੀ ਤੈਨੂੰ ਸਸਪੈਂਡ ਕਰਨ ਲੱਗੇ ਸੀ ਉਹ ਤਾਂ ਮੈਂ ਉਹਨਾਂ ਦੀਆਂ ਮਿੰਨਤਾਂ ਕਰਕੇ ਤਾਂ ਤੈਨੂੰ ਬਚਾਇਆ ਤੂੰ ਮੇਰੇ ਗਲਮੇ ਨੂੰ ਹੱਥ ਪਾਉਣਾ ਮੇਰੀ ਗੱਲ ਸੁਣ ਹੱਥ ਹੈ ਅਰੇ ਕੀ ਗੱਲ ਹੈ ਵੀ ਜਦ ਤੂੰ ਮੈਨੂੰ ਸਲੂਟ ਮਾਰਦਾ ਨਾ ਉਹ ਮੇਰਾ ਕਿੱਲੋ ਹੁਕਮਨ ਵੱਧ ਜਾਂਦਾ ਮੇਰਾ ਦਿਲ ਕਰਦਾ ਤੈਨੂੰ ਗੋਲੀ ਮਾਰ ਦਿਆਂ ਗੋਲੀ ਨਾ ਮਾਰਿਆ ਕਰ ਗੋਲੀ ਮਾਰ ਕੇ ਕੁਛ ਨਹੀਂ ਬਣਨਾ ਸਲੂਟ ਮਾਰਿਆ ਕਰ ਸਲੂਟ ਮਾਰਿਆ ਕਰ ਅਰੇ ਐਂ ਕਰੀ ਇੱਕ ਤਾਂ ਮੇਰੀ ਡਰੈਸ ਡਰਾਈ ਕਲੀਨ ਵਾਲੇ ਦੇ ਦਿਆਂ ਤੇ ਦੂਸਰੀ ਗੱਲ ਹੈ ਵੀ ਨੌਕਰ ਆਇਆ ਨਹੀਂ ਹੈ ਤੇ ਸਿਲੰਡਰ ਵੀ ਖਤਮ ਹੋਣ ਵਾਲਾ ਉਹ ਵੀ ਚੱਕ ਲਈ ਤੇ ਦੂਸਰਾ ਐਂ ਕਰੀ ਕੁੱਤਾ ਵੀ ਸਵੇਰ ਦਾ ਕਿੱਲੇ ਤੇ ਬੰਨਿਆ ਉੱਥੇ ਭੌਂਕੀ ਜਾਂਦਾ ਹੁਣ ਉਹਦਾ ਗੇੜਾ ਕਢਾ ਲਈ ਠੀਕ ਹੈ ਨਾ ਇਹ ਦਿਮਾਗ ਦੀ ਗੱਲ ਦਿਮਾਗ ਦੀ ਗੱਲ ਦਾਸਮ ਬਾਬਾ ਸਾਈ ਜੀ ਦੇ ਸਾਹਿਬ ਨੇ ਮੀਟਿੰਗ ਇਸ ਲਈ ਰੱਖੀ ਹੈ ਇੱਕ ਬੜਾ ਮਸ਼ਹੂਰ ਬਾਬਾ ਜਿਸ ਨੂੰ ਸਾਈ ਸਾਈ ਕਹਿੰਦੇ ਆ ਰਿਮਾਂਡ ਦੇਣ ਲਈ ਮੈਨੂੰ ਮੇਰਾ ਸਾਹਿਬ ਨੂੰ ਸਖਤ ਬਹਾਦਰ ਪੁਲਿਸ ਅਫਸਰ ਦੀ ਲੋੜ ਆ ਜੋ ਕਿ ਉਸਦਾ ਰਿਮਾਂਡ ਲੈ ਸਕੇ ਉਹ ਵੀ ਦਰਸ਼ਨ ਬਾਬਾ ਸਾਈ ਜੀ ਦੇ ਜਨਾਬ ਇਹਨਾਂ ਦਾ ਰਿਮਾਂਡ ਲੈਣ ਮੇਰੇ ਤਾਂ ਛੋਟੇ ਛੋਟੇ ਬੱਚੇ ਆ ਜੀ ਜਨਾਬ ਮੇਰੇ ਬੱਚੇ ਤਾਂ ਵੱਡੇ ਆ ਪਰ ਸਾਰੇ ਅਪਸੈਟ ਆ ਜੀ ਜਨਾਬ ਉਹਨਾਂ ਨੂੰ ਸੈੱਟ ਕਰਨਾ ਜੀ ਮੇਰੇ ਤੇ ਮਿਹਰ ਕਰੋ ਜਨਾਬ ਜਨਾਬ ਮੇਰੀ ਤਾਂ ਰਿਟਾਇਰਮੈਂਟ ਦੇ ਵਿੱਚ ਇੱਕ ਮਹੀਨਾ ਰਹੇਗਾ ਜੀ
ਕਿਤੇ ਮੇਰਾ ਘੋਗਾ ਨਾ ਚਿੱਤ ਕਰ ਦੇ। ਇਹਨੇ ਬੱਚੇ ਛੋਟੇ ਨੇ, ਇਹਦੇ ਬੱਚੇ ਵਿਆਹ ਵਾਲੇ ਨੇ, ਤੇਰੀ ਰਿਟਾਇਰਮੈਂਟ ਹੈ, ਤੇਰੂ ਸਸਪੈਂਡ ਹੋਇਆ, ਤੇ ਰਿਮਾਂਡ ਮੈਂ ਲਾ ਰਿਮਾਂਡ। ਹੌਲੀ ਮਾਰਿਆ ਕਰ ਸਲੂਟ, ਇੱਕ ਸਾਲ ਦਾ ਪਹਿਲਾਂ ਗਲਾ ਪੱਕਿਆ। ਸਾਈਂ ਜੀ, ਸਾਈਂ ਜੀ, ਧੰਨੋ ਤੁਸੀਂ ਧੰਨੋ ਦੇਖਿਆ, ਹਾਂ ਜੀ ਵੀ ਮੰਨੇ ਲੱਗ ਗਏ ਸਾਈਂ ਜੀ, ਉਹਨਾਂ ਨੂੰ ਸਾਰੇ ਜਣੇ ਸਾਈਂ ਦੇ ਚਰਨੀ ਲੱਗੇ ਬੈਠੀ। ਮੈਨੂੰ ਪਤਾ ਸੀ ਸਾਹਿਬ ਜੀ, ਮੈਂ ਪਤਾ ਕੀ ਆ ਵੀ ਮੈਨੂੰ 15 ਮਿੰਟ ਲੇਟ ਤਾਂ ਹੋ ਗਈ, ਇੱਕ ਤਾਂ ਮੈਂ ਧੂਮਬੱਤੀ ਕਰਦਾ ਰਿਹਾ, ਇੱਕ ਪਹਿਲੇ ਸਾਈਂ ਆ ਜਿਹੜੇ ਪਹਿਲਾਂ ਦੁੱਧ ਦੇ ਨਾਲ ਨਹਾਉਂਦੇ, ਉਸ ਦੁੱਧ ਦੀ ਖੀਰ ਬਣਾ ਕੇ ਸੰਗਤਾਂ ਦੇ ਵਿੱਚ ਵਰਤਾਉਂਦੇ। ਜਨਾਬ ਮਿਲ ਗਿਆ ਸਾਈਂ ਦੇ ਲੜ ਲੱਗੇ ਨੇ, ਮਿਲਦੇ ਹੀ ਰਹਿਣਾ, ਜ਼ਰੂਰ ਮਿਲੂਗਾ। ਜਨਾਬ ਲਾਓ ਤਾਂ ਡਿਊਟੀ ਫੜ ਦੇ, ਲਾਓ ਲਾਓ ਡਿਊਟੀ। ਮੈਂ ਤਾਂ ਜਿੱਦਣ ਦੀ ਖੀਰ ਖਾਧੀ ਆ, ਮੈਂ ਤਾਂ ਧੰਨ 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 ਹੋ ਗਿਆ। ਸਾਰੀ ਜ਼ਿੰਦਗੀ ਮੈਂ ਕਹਿੰਦਾ ਟਿਚਕ ਟਿਚ ਕਰੂ, ਟਾਈਮ ਨਾ ਲਾਓ। ਜਨਾਬ ਦੱਸੋ ਕਿਹਦਾ ਰਿਮਾਂਡ ਲੈਣਾ, ਦੱਸੋ ਰਿਮਾਂਡ ਕਿੱਕਰ ਸਿੰਘ ਸਾਈਂ ਦਾ ਲੈਣਾ, ਸਾਈਂ ਦਾ ਸਾਈਂ ਸਾਈਂ ਰਿਮਾਂਡ ਲੈਣਾ ਜੀ ਸਾਈਂ ਦਾ। ਜਨਾਬ ਸਾਈਂ ਦਾ ਕੋਈ ਗੱਲ ਨਹੀਂ ਜੀ, ਲੈ ਲਾਂਗੇ। ਬੇਨਤੀ ਕਰੂੰਗਾ ਵੀ ਉਹ ਜਿਹੜੇ ਦੁੱਧ ਦੇ ਨਾਲ ਨਹਾਉਂਦੇ ਆ, ਉਹ ਨਹਾ ਕੇ ਦੁੱਧ ਦੀ ਜਿਹੜੀ ਖੀਰ ਬਣਦੀ ਆ, ਉਹਦੀ ਇੱਕ ਕੌਲੀ ਤੁਸੀਂ ਖੀਰ ਦੀ ਜ਼ਰੂਰ ਖਾਣੀ ਆ, ਔਰ ਨਾਲ ਇਹਨਾਂ ਗਿੱਦੜਾਂ ਨੂੰ ਵੀ ਖਵਾਉਣੀ ਆ ਜਿਹਨਾਂ ਨੇ ਰਿਮਾਂਡ ਦਵਾਇਆ। ਵੀਰਾ ਵੀ ਰਿਮਾਂਡ ਲਾਊਂਗਾ ਤੇਰਾ। ਹੇ ਰੱਬ ਸਾਈਂ ਜੀ, ਮੇਰੇ ਸਾਹਿਬ ਸਾਈਂ ਨੇ ਇਸ ਸਾਈਂ ਦੀ, ਇਸ ਸਾਈਂ ਨੂੰ ਇੰਟੈਰੋਗੇਟ ਕਰਨ ਦੀ ਮੇਰੀ ਡਿਊਟੀ ਲਾਈ ਹੈ। ਬਸ ਹੇ ਰੱਬ ਸਾਈਂ, ਜਦੋਂ ਮੈਂ ਇਹਦੇ ਪਟੇ ਮਾਰਾਂ ਤੇ ਬਸ ਮੇਰਾ ਹੱਥ ਨਾ ਕੰਬੇ। ਇਹੀ ਬੇਨਤੀ ਆ ਵੀ ਮੈਂ ਇਹਦਾ ਕੁੱਟ ਕੁੱਟ ਕੇ ਇਸ ਸਾਈਂ ਦਾ ਕਰੂਟਾ ਕਰ। ਸਾਡੀ ਰਿਕੁਐਸਟ ਤੇਰੇ ਤਾਈਂ, ਸਾਈਂ ਮੈਂ ਫਸ ਗਿਆ ਮੈਨੂੰ ਤੂੰ ਬਚਾਈ, ਸਾਈਂ ਮੈਂ ਭੱਜ ਭੱਜ ਹੋਇਆ ਸਾਹੂ, ਸਾਈਂ ਸਾਈਂ ਤੂੰ ਬਾਹੂ ਫੜ ਜੇਲ ਚੋਂ ਕਢਾਈ, ਸਾਈਂ ਤੂੰ ਬਾਬਾ ਮੈਨੂੰ ਕਦੇ ਨਾ ਬਣਾਈ, ਸਾਈਂ ਵੇ ਪੁੱਠੇ ਕੰਮਾਂ ਤੋਂ ਤੌਬਾ ਕਰਾਈ, ਸਾਈਂ ਨਾ ਜ਼ਿਆਦਾ ਰੋਟੀ ਜੇਲ ਦੀ ਖਵਾਈ, ਸਾਈਂ ਤੂੰ ਮੇਰੀ ਆਈ ਆਈ ਨਾ ਗਰਾਈ, ਸਾਈਂ ਤੂੰ ਪੁਲਿਸ ਦੀ ਮਾਰ ਤੋਂ ਬਚਾਈ, ਸਾਈਂ ਤੂੰ ਹੱਜੀ ਮੇਰੀ ਐਸੋ ਨਾ ਦੜਾਈ, ਸਾਈਂ ਤੂੰ ਬੇਟੇ ਦਾ ਪਤਾ ਭਾਵੀ ਕਰਾਈ, ਛੋਟੂ ਤੇਲ ਸਰੋਂ ਦਾ ਲਿਆਈ, ਆਈ ਅਪਟਾ ਮੇਰੇ ਹੱਥ ਚ ਫੜਾਈ, ਤਾਈ ਉਹ ਬਾਬਾ ਹੁਣ ਛੇਤੀ ਮਨ ਚਾਈ, ਤਾਈ ਉਹ ਮੈਨੂੰ ਹੁਣ ਜ਼ਿਆਦਾ ਨਾ ਚਿੜਾਈ, ਸਾਈਂ ਉਹ ਲੰਮਾ ਹੁਣ ਛੇਤੀ ਪੈ ਜਾਈ, ਸਾਈਂ ਉਹ ਲੰਮਾ ਹੁਣ ਛੇਤੀ ਪੈ ਜਾਈ, ਸਾਈਂ ਉਹ ਜ਼ਿਆਦਾ ਹੁਣ ਟਾਈਮ ਨਾ ਲਗਾਈ, ਸਾਈਂ ਉਹ ਜ਼ਿਆਦਾ ਹੁਣ ਟਾਈਮ ਨਾ ਲਗਾਈ। ਸਾਈਂ ਤੂੰ ਪੈਂਟ ਛੱਡ ਜਾਨ ਨੂੰ ਬਚਾਈ, ਸਾਈਂ ਤੂੰ ਪੈਂਟ ਛੱਡ ਜਾਨ ਨੂੰ ਬਚਾਈ, ਤਾਈ ਪਜਾਮਾ ਮੇਰਾ ਇੱਥੋਂ ਨਾ ਬਣਾਈ, ਤਾਈ ਤੂੰ ਪਹਿਲਾਂ ਥੱਲੇ ਕੱਪੜੇ ਬਿਛਾਈ, ਤਾਈ ਮੈਂ ਅੱਗੇ ਬੜਾ ਕੀਤਾ ਆਈ ਆਈ, ਤਾਈ ਮੈਂ ਅੱਗੇ ਬੜਾ ਕੀਤਾ ਆਈ ਆਈ, ਸਾਈਂ ਆ ਮੇਰੀ ਗੱਲ ਇੱਕ ਪੱਲੇ ਪਾਈ, ਸਾਈਂ ਤੂੰ ਮੇਰੀ ਇੱਕ ਗੱਲ ਪੱਲੇ ਪਾਈ, ਪਾਲੀ ਜਨਤਾ ਨੂੰ ਖੀਰ ਨਾ ਖਵਾਈ, ਅਲੋਕਾਂ ਵਿਚਾਰਿਆਂ ਨੂੰ ਖੀਰ ਨਾ ਖਵਾਈ, ਅਲੋਕਾਂ ਵਿਚਾਰਿਆਂ ਨੂੰ ਖੀਰ ਨਾ ਖਵਾਈ, ਤਾਈ ਮੈਂ ਅੱਗੇ ਬੜਾ ਕੀਤਾ, ਤਾਈ ਮੈਂ ਅੱਗੇ ਬੜਾ ਕੀਤਾ, ਆਈ ਆਈ। ਲੈ ਚੱਲੇ ਹੋ।
वाह भी वाह, बड़ा गंद पाया सी जेल विच। मारता मारता ओए, माफ कर दे। शुगर भरावा तेरा, शुगर 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 ले जाओ ले जाओ ले जाओ। एक ता एदे करके ना अज मैनू जल्दी आना पिया। रिक्शा करके सीधा जेल पहुंच जाना। नहीं तो पहला वक्त खराब ही चलता रहा। तो बच्चा मैंने पूछा कितने बजे हैं? बची गई जी, मैं तो उदो तक नहीं छड़िया। ओ बच्चा मैंने पूछा मुहूर्त का समय हो गया, घड़ी पर कितने बजे हैं? घड़ी ते तक कोई टटमी जी बजी है जी, उधर नाल खेड़ गई जमा तक नहीं रहा। मैं कहना हुन उन्हें नवी लेनी पड़ी। ऐसी कृपा करो पंडित जी, रेख च मेख मारो, बा दो तो तीन हो जाए। तेरे ग्रह बहुत माड़े चल रहे हैं। राहु केतु दे घरे तुरिया फिरदा, केसी राहु दे घरे बड़िया फिरदा। पंडित जी ग्रह सारे घरों बार हो फिरदे, इन्हां नूं करो कोई मारो मंत्र, इन्हां नूं आपदे घरे बिठाओ, इन्हां नूं लिया के 500 रुपया। पंडित जी ठीक ठीक ला लो, हाथ पहले तंग आ थोड़ा। नहीं बच्चा, समगरी का समान बहुत महंगा हो गया, 24 घंटे एक लत ते खड़ के पाठ करना पैना। ओहो एक लत ते, फिर तू दो दी की, तू तीन तो चार हो जाओगे। ओ पंडित जी मैं परिवार की गल नहीं करता, मैं तो कर भाई स्टार मेरे दो तो तीन हो जाए। देखियो कि फैमिली प्लान अगला मंत्र ना पढ़ दो। जोड़ ला करे जनानी मूहे जोड़ी रख दा, इतो ले ला पंडित तो कुछ ना कुछ। हाँ मैं बहुत कुछ प्राप्त किया इन्होंने तो। पंडित जी मैनू भी कोई रेखा रूखा दिखा दो। ओए तुम्हें ना बोल, रेखा पंडित घर वाली दा नाम। ओ मेरा मतलब मेरी भी कोई रेखा रूखा दे दो, कर दे कोई धूप बत्ती। तेनू मैं ऐसी धूनी दऊ तेरे नासा च, तेन गुगल की धूनी दऊ तेरे नासा के बच्चे, मैं डंडा जेल चल सकता। दस माफ करना पंडित जी, बच्चा बदतमीज है। कोई बात नहीं बच्चा, बात सुन मेरी, कैदी बहुत खतरनाक है, इसको उत्तर दिशा वाल लेकर जाना। उत्तर वाल चलो बे, जनाब गड्डी जे ते पहले ही जगह है नहीं, इन्नू कित्ते बिठाइए। जनाब मेनू भी ले जाओ नाल, मैं भी झूटा झाटा ले आऊंगा जी। इनू ले जाओ, इनू घुमा लो गड्डी, झूटा झाटा ले आओ। मेरा की है, मैं तो घूमता ही रहना। जनाब ਇਹ ਘਰੇ ਵੀ ਇੱਦਾਂ ਦੇ ਆੜ ਕਰਦਾ ਸਾਲਿਆ, ਲੈ ਕੇ ਉੱਥੇ ਵਿਸਾਖੀ ਦੇ ਮੇਲੇ ਤੇ ਚੱਲਿਆ, ਨਾਨਕੀ ਚੱਲਿਆ ਉੱਥੇ, ਹੈਂ ਚੁੱਪ ਕਰਕੇ ਡਿਊਟੀ ਕਰ। ਹਜੇ ਪੁੱਠੇ ਸਲੂਟ ਮਾਰਦੇ ਆ, ਮੈਂ ਗਿੱਟੇ ਵੜ ਦੇਣੇ ਇਹਨਾਂ ਦੇ। ਤੂੰ ਕਿਵੇਂ ਝਾਕਦਾ ਕੌਰ ਮੇਰੇ, ਤੂੰ ਕਿਵੇਂ ਝਾਕਦਾ ਕੌਰ? ਤੈਨੂੰ ਕਿੰਨੀ ਵਾਰੀ ਕਿਹਾ ਕੌੜ ਮੈਂ ਚੱਕ ਕਰ। ਮੈਂ ਤਾਂ ਤੁਹਾਨੂੰ ਦੱਸਿਆ ਮੈਂ ਤਾਂ ਬੰਦਾ ਛੱਡਾਂ ਨਾ ਪਤਾਲ ਚੋਂ, ਬਹੁਤ ਬੰਦੇ ਫੜਿਆ ਪਹਿਲਾਂ, ਬਹੁਤ ਬੰਦੇ ਫੜੇ ਆ। ਓਏ ਪਰ ਇੱਕ ਗੱਲ ਆ ਵੀ ਅੱਜ ਸਟਾਰ ਮੇਰੇ ਇੱਕ ਲੱਗਿਆ ਲਓ, ਮੈਂ ਤੁਹਾਨੂੰ ਕਹਾਂ ਜਾ ਕੇ ਰੋਕ ਕੇ ਨਾ ਗੱਡੀ ਬਸ ਮੈਨੂੰ ਉਤਰਨ ਕਰਾਂ। अरे बहुत चोटी का बदमाश है जेड़ा, अज फड़ के ले चले ना, चोटी का बदमाश है। मैं सुन दस जनाब जी, गड्डी रुकाओ, गड्डी जनाब जी, गड्डी रुकाओ। देखो भाई बैठे रहो, बैठे रहो।
ਮੈਂ ਥਾਣੇਦਾਰ ਕਿੱਕਰ ਬਹੁਤ ਬਹੁਣਾ ਛਿੱਤਰ ਉਹ ਮੈਦਾ ਵੱਡੇ ਵੱਡੇ ਚੋਟੀ ਦੇ ਬਦਮਾਸ਼ ਫੜ ਕੇ ਲਟਕਾਏ ਆ ਪੁੱਠੇ ਇਹਦੇ ਥਾਣੇ ਚ ਆ ਕੇ ਦੇਖੋ ਕਿਵੇਂ ਝਾੜਦਾ ਪੱਕੇ ਪੰਡਤ ਨੇ ਕਿਹਾ ਸੀ ਵੀ ਪੂਰਬ ਵਾਲੇ ਪਾਸੇ ਉੱਤਰ ਵਾਲੇ ਪਾਸੇ ਜਾਣਾ ਵਾ ਤਾਂ ਮੈਨੂੰ ਲੱਗਦਾ ਕੁਛ ਗਲਤ ਹੋ ਗਿਆ ਮੈਨੂੰ ਲੱਗਦਾ ਮੈਂ ਤਾਂ ਦੱਖਣ ਵਾਲੇ ਪਾਸੇ ਤੁਰਿਆ ਫਿਰਦਾ ਉਹ ਜਨਾਬ ਬੜਾ ਖਤਰਨਾਕ ਜੀ ਤੁਹਾਨੂੰ ਪਿੱਛੋਂ ਜੱਫਾ ਪਾਊ ਪਾ ਲਿਆ ਹੋਈ ਉਹ ਜਨਾਬ ਤੁਹਾਡੀ ਪਿਸਤੌਲ ਵੀ ਕੱਢ ਲੂ ਉਹ ਕੱਢ ਲਈ ਪਿਸਤੌਲ ਉਹ ਜਨਾਬ ਉਹ ਤੁਹਾਡੀ ਵੱਖੀ 'ਚ ਇੱਕ ਸੁਣ ਵੀ ਮਾਰੂਗਾ अपने समझ मेरे पुत दे फोड़ा सी किथे कही जाने मारो बरवाओगे मेनू तुसी ਗੋਡੇ ਵੀ ਮੇਰੇ ਪੁੱਤ ਦੇ ਤੇ ਏਡੇ ਏਡੇ ਆ ਚੱਲ ਆਪਾਂ ਨੂੰ ਕੀ ਹੈ ਮਾਰੀ ਜਾਣ ਦੇ ਹਾਂ ਤੂੰ ਆਪਣੇ ਆਪ ਨੂੰ ਵੱਡਾ ਕਿੱਕਰ ਸੋਹ ਕਮਾਉਂਦਾ ਸੀ ਹੈਂ ਹਾਂ ਕਰਦਾ ਮੈਂ ਤੈਨੂੰ ਚੱਲ ਜਲਦੀ ਕਰ ਆ ਗਿਆ ਜੀ ਬਸ ਆ ਗਏ ਆ ਗਏ ਨਿਸ਼ਚਿੰਤ ਓਕੇ 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 ਬਾਏ चल फिर दरवाजा बंद करके आ क्या दरवाजा बंद करके आ सच्ची दरवाजा बंद कर दरवाजा बंद करके आ ਵਰਦੀ ਵਿੱਚ ਇਹ ਕੀ ਤੇਰੀ ਗੁੰਡਾ ਕਰਦੀ ਆ ਇਹ ਇੱਜ਼ਤਦਾਰਾਂ ਦਾ ਘਰ ਆ ਵੇ ਤੂੰ ਕਾਸ ਤੋਂ ਚੀਕ ਮਾਰੀ ਆ ਤੇ ਬੰਦਾ ਚੀਕ ਨਹੀਂ ਮਾਰ ਸਕਦਾ ਨਾਲੇ ਕਮੀਜ਼ ਕਾਸ ਤੋਂ ਲੱਗੀ ਆ
ਇਹਦਾ ਬੀਬਿਆ ਮੈਂ ਤਾਂ ਕਮੀਜ਼ ਲਾਈ ਆ ਹੁਣ ਇਹ ਆ ਵੀ ਕਈ ਦਫ਼ਾ ਵਰਦੀ ਨੂੰ ਦਾਗ ਦੂਗ ਲੱਗ ਜਾਂਦਾ ਲਿਬੜ ਜਾਂਦੀ ਆ ਹੁਣ ਵਰਦੀ ਤੇ ਕਈ ਦਫ਼ਾ ਪ੍ਰੈਸ ਕੀਤੀ ਹੁੰਦੀ ਆ ਹੈ ਪ੍ਰੈਸ ਬਲ ਬੁਲ ਪੈ ਜਾਂਦੇ ਆ ਫਿਰ ਤੁਹਾਨੂੰ ਪਤਾ ਇੱਡੇ ਵੱਡੇ ਮੁਲਜ਼ਮ ਨੂੰ ਫੜਨਾ ਵਾ ਹੈ ਵਰਦੀ ਇਹ ਤੋਂ ਪਾੜ ਨਹੀਂ ਸਕਦੀ ਆ ਤਾਂ ਕਰਕੇ ਆ ਇਹ ਇੱਥੇ ਕੋਈ ਮੁਲਜ਼ਮ ਨਹੀਂ ਹੈਗਾ ਚੱਲ ਇੱਥੋਂ ਭੱਜ ਜਾ ਨਿਕਲ ਜਾਂਦੇ ਆ ਬੀਬਾ ਮੈਂ ਕਿਹੜਾ ਕੁੰਡੀ ਵਾਲਾ ਟਰੱਕ ਲੈ ਕੇ ਜਾਣਾ ਕਿੱਦਾਂ ਜਾ ਇੱਕ ਦਾ ਨਾ ਬੀਬਿਆ ਕੀ ਜਿੱਦਾਂ ਦੀ ਤੁਹਾਡੀ ਡੈਕੋਰੇਸ਼ਨ ਜੀ ਹੈਗੀ ਆ ਨਾ ਧਿਆਨ ਰੱਖਾਂ ਬੰਦਾ ਆਊ ਜ਼ਰੂਰ ਇੱਥੇ ਕੋਈ ਨਹੀਂ ਵੱਡ ਚੱਲ ਇੱਥੋਂ ਨਿਕਲ ਧਿਆਨ ਰੱਖਣਾ ਬੀਬੀ ਬੰਦਾ ਆਊ ਜ਼ਰੂਰ ਮਸਾ ਮਸਾਂ ਪਾਣੀ ਪੀਣ ਲੱਗਿਆ ਤੂੰ ਏਡਾ ਹੌਕਾ ਲਿਆ ਵੀ ਝੀ ਰਹਿ ਮੈਂ ਭਜਨਾ ਵਾਲੀ ਆ ਹੋਰ ਮੈਂ ਸਲੇਡਾ ਰਹੀ ਹੈ ਵੀ ਤੂੰ ਆਪਣੇ ਕੀ ਹਾਲਤ ਬਣਾਈ ਹੋਈ ਆ ਹਾਲਤ ਬਣਾਉਣੀ ਉਹ ਮੈਂ ਬਾਅਦ ਚ ਦੱਸਦਾ ਜੀਗਾ ਆਹ ਜਿਹੜਾ ਤੂੰ ਬਾਪੂ ਦਾ ਲਾਇਆ ਹੈ ਨਾ ਕੰਮ ਇਹ ਜਿਹੜਾ ਤੈਨੂੰ ਮੈਂ ਦੱਸਿਆ ਇਹ ਜਿਹੜਾ ਗੰਦ ਮੰਦ ਨਾ ਨਕਲੀ ਬਾਬੇ ਦਾ ਨਾਮ ਦੇਖਿਆ ਕਰ ਇਹ ਬਾਬੇ ਨੂੰ ਐ ਨੀ ਕਹੀਦਾ ਹੁੰਦਾ ਤੈਨੂੰ ਪਾਪ ਲੱਗੂਗਾ ਉਹ ਪਾਪ ਦਾ ਤਾਂ ਲੱਗੂਗਾ ਨਾ ਜੇ ਅਸੀਂ ਅਸਲੀ ਬਾਬਿਆਂ ਦੇ ਸੱਚੇ ਸੁੱਚੇ ਬਾਬਿਆਂ ਦੇ ਮਹਾਂਪੁਰਸ਼ਾਂ ਦੀ ਕੋਈ ਨਿੰਦਿਆ ਕਰਾਂਗੇ ਇਹ ਹੁਣ ਇਹ ਬਾਪੂ ਦੱਸ ਕੀ ਕਰੀ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ 11 ਕਿੰਨੇ ਹਜ਼ਾਰਾਂ ਕਰੋੜਾਂ ਦੀ ਪ੍ਰੋਪਰਟੀ ਬਣਾਈ ਬੈਠਾ ਸੱਚੀ ਗੱਲ ਕੀਤੀ ਆ ਆਪ ਕਹਿਣਗੇ ਨਾ ਇਹ ਬਾਬੇ ਕਹਿਣਗੇ ਨਾ ਮਾਇਆ ਤੂੰ ਦੂਰ ਮਾਇਆ ਕਾਲੀ ਲੈ ਜਾ ਮਾਇਆ ਨੂੰ ਹੱਥ ਨਾ ਲਾਓ ਆਪ ਕੋਬਰਾ ਸੱਪ ਬਣ ਕੇ ਨਾ ਉਹਦੇ ਉੱਪਰ ਬੈਠ ਜਾਂਦੇ ਆ ਇਹ ਤੇਰੀ ਗੱਲ ਸਹੀ ਅਮਲੀ ਆ ਹਾਂ ਜਿਹੜੇ ਨੇੜੇ ਲੱਗਦੇ ਨਾ ਬੰਦੇ ਫਿਰ ਉਹਨਾਂ ਦੇ ਡੰਗ ਮਾਰਦੇ ਆ ਤੈਨੂੰ ਮੈਂ ਪਰ ਇੱਕ ਦੱਸ ਵੀ ਸ਼ਾਂਤੀ ਵੀ ਜਿਹੜੇ ਬਾਬੇ ਆ ਨਾ ਇਹ ਨਕਲੀ ਬਾਬਿਆਂ ਨੂੰ ਹਿੱਟ ਵੀ ਜਨਾਨੀਆਂ ਹੀ ਕਰਦੀਆਂ ਬੀਬੀਆਂ ਤੇ ਇਹਨਾਂ ਨੂੰ ਠਿੱਠ ਵੀ ਬੀਬੀਆਂ ਹੀ ਕਰਦੀਆਂ ਵੀ ਚੱਲ ਛੱਡ ਤੂੰ ਇਹ ਦੱਸ ਤੂੰ ਜੇਲ੍ਹ ਕਿਵੇਂ ਪਹੁੰਚਿਆ ਆਪਣੀ ਕੀ ਹਾਲਤ ਬਣਾਈ ਹੋਈ ਹੈ ਇੰਨੇ ਲੰਬੇ ਲੰਬੇ ਵਾਲ ਕੀ ਬਣਿਆ ਹੋਇਆ ਅਮਲੀਆ ਇਹ ਜੇਲ੍ਹ ਲੈਂਦਾ ਹੀ ਬਹੁਤ ਜਿਹੜਾ ਮੇਰੇ ਦਾ ਕੇਸ ਬਹੁਤ ਜ਼ਿਆਦਾ ਬਣ ਗਈ ਸੀ ਕਿਉਂ ਇੱਕ ਤਾਂ ਤੈਨੂੰ ਪਤਾ ਮੇਰਾ ਆੜੀ MLA ਮੈਂ ਕਿਹਾ ਵੀ ਐਂ ਕਰੋ MLA ਸਾਹਿਬ ਮੈਨੂੰ ਮਾੜਾ ਮੋਟਾ ਦੋ ਤਿੰਨ ਕਮਰੇ ਬਣਾ ਦਿਓ ਕੋਈ ਗ੍ਰਾਂਟ ਗਰੂਟ ਇੱਧਰ ਉੱਧਰ ਕਰ ਦਿਓ ਮੈਂ ਆਪਣਾ ਕਮਰਾ ਬਣਾ ਲੂੰ ਕੋਈ ਤਾਂ ਉਹਨੂੰ ਮੈਰਿਜ ਪੈਲਸ ਦੀ ਓਪਨਿੰਗ 'ਤੇ ਸੱਦ ਲੈਂਦਾ ਕੋਈ ਆਪਦੀ ਕੋਠੀ ਦੀ ਓਪਨਿੰਗ 'ਤੇ ਸੱਦ ਲੈਂਦਾ ਕੋਈ ਸੈਲਰ ਦੀ ਓਪਨਿੰਗ 'ਤੇ ਸੱਦ ਲੈਂਦਾ ਫਿਰ ਤੈਂ ਕੀ ਸੋਚਿਆ ਕਰੇ 'ਤੇ ਬੁਲਾਉਣਾ ਫਿਰ ਮੈਂ ਕਿਹਾ ਵੀ ਕੁਛ ਨਾ ਕੁਛ ਤਾਂ ਕਰਨਾ ਪਊਗਾ ਅਤੇ ਮੈਂ ਫਿਰ ਸ਼ਾਂਤੀ ਟੋਇਲਟ ਬਣਾ ਲਿਆ ਮੈਂ ਕਿਹਾ ਜੀ MLA ਸਾਹਿਬ ਰੀਬਨ ਕੱਟ ਕੇ ਅੰਦਰ ਵੜ ਗਿਆ ਵੜ ਗਿਆ ਤੂੰ ਕੰਮ ਆਪਾਂ ਕਹਿੰਦਾ ਐਂ ਕਰੋ ਬਈ ਮੈਂ ਤਾਂ ਥੋੜ੍ਹਾ ਜਿਹਾ ਦੂਰ ਚਲੇ ਜਾ ਮੈਂ ਕਿਹਾ ਜੀ ਤਾਂ ਪਹਿਲਾਂ ਹੀ ਦੂਰ ਗਿਆ ਉਹਨੇ ਆਪਣਾ ਕੰਮ ਕੁੰਮ ਕੀਤਾ ਭਜਨਿਆ 15 ਲੋਕਾਂ ਦੀਆਂ ਆਪੋਜੀਸ਼ਨ ਪਾਰਟੀ ਦੀਆਂ ਮੈਂ ਘੀਸੀਆਂ ਕਰਾਈਆਂ ਤੂੰ ਇੱਕ ਪਹਿਲਾ ਬੰਦਾ ਜਿਹਨੇ ਮੇਰੀ ਘੀਸੀ ਕਰਾ ਦਿੱਤੀ ਫਿਰ ਉਦੋਂ ਮੈਨੂੰ ਜੇਲ੍ਹ ਜਾਣਾ ਪਿਆ ਬੜਾ ਮਾੜਾ ਹੋਇਆ ਭਜਨਿਆ ਹਾਂ ਫਿਰ ਜੇਲ੍ਹ ਦੇ ਵਿੱਚ 4-5 ਕੇਸ ਹੋਏ ਤਾਂ ਜੇਲ੍ਹ ਦੇ ਵਿੱਚ ਪੈ ਗਏ ਵੀ ਜੇਲ੍ਹ ਵਿੱਚ ਕਿਵੇਂ ਦੇ ਉੱਤੇ ਕੇਸ ਪੈ ਗਏ ਇੱਕ ਦਿਨ ਕਿਤੇ ਮੇਰਾ ਸਰੀਰ ਜਿਹਾ ਟੁੱਟਿਆ ਸੀ ਮੈਂ ਥਾਂ ਸਾਫ਼ ਕਰਨ ਲੱਗਿਆ ਝੜੀ ਝੁੜੀ ਜਿਹਾ ਮਾਰਿਆ ਹੈਲੋ ਹਾਂਜੀ ਡਿਪਟੀ ਸਾਹਿਬ ਸੋਨਾ ਹਾਂ ਹਾਂ ਪੱਕੀ ਰਿਪੋਰਟ 100% ਵਾਹ ਬੰਦ ਕਰੋ ਜੀ ਤੁਸੀਂ ਥੋੜਾ ਬਹੁਤ ਇੱਧਰ ਉੱਧਰ ਕਰਦੇ ਨਹੀਂ 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 ਜਨਾਬ ਹਜੇ ਚੱਲ ਠੀਕ ਆ ਜੀ ਓਕੇ ਤੁਸੀਂ ਬੰਦ ਕਰੋ ਜੀ ਹਾਂਜੀ 10 ਬੰਦੇ ਪੱਟਣ ਲਾ ਦਿਓ ਠੀਕ ਆ ਠੀਕ ਹੈ ਕਿਸੇ ਨੇ ਨਗਹਿਲੀ ਨਹੀਂ ਕਰਨੀ ਹੈ ਰਬੜ ਲਓ ਬਹਿਣ ਕੇ ਭੰਗੜੇ ਘਰ ਵਾਲੇ ਨੂੰ ਵੀ ਮਦਦਾਂ ਹੋ ਗਈਆਂ ਸੈੱਟ ਸੈੱਟ ਕਰਦੀ ਲੋੜ ਐਸੇ ਸੈੱਟ ਲੈ ਕੇ ਦਊਗਾ ਸੈੱਟ ਪਾ ਪਾ ਕੇ ਅੱਪ ਸੈੱਟ ਹੋ ਗਈ ਉਹ ਤਾਂ ਜਗ੍ਹਾ ਪੱਟਣ ਲੱਗ ਗਏ ਮਿਲਿਆ ਕੀ ਮਿਲਣਾ ਕੀ ਸੀ ਉੱਥੇ ਉੱਥੇ ਤਾਂ ਤੁਹਾਨੂੰ ਮੈਂ ਦੱਸਾਂ ਉਹ ਵਾ ਗੋਲੀਆਂ ਗਾੜੀਆਂ ਮਿਲੀਆਂ ਨਸ਼ੇ ਨੁਸ਼ੇ ਵਾਲੀਆਂ
ਜਰਦੇ ਦੀਆਂ ਪੁੜੀਆਂ ਬੜੀਆਂ ਜਿਹੀਆਂ ਮਿਲੀਆਂ ਤੇ ਜਾਂ ਫਿਰ ਉਹ ਅੱਧੀ ਕਬੋਰੀ ਡੋਡਿਆਂ ਦੀ ਲਈ ਸੀ ਤੇ ਜਦੋਂ ਮੈਨੂੰ ਪੰਜਾਂ ਛੇਆਂ ਦਿਨਾਂ ਬਾਅਦ ਬਾਹਰ ਲੈ ਕੇ ਆਏ ਮੈਨੂੰ ਬੇਵਕੂਫ ਬਣਾਈ ਜਾਂਦਾ ਤੁਸੀਂ ਮੈਨੂੰ ਤਾਂ ਅੱਜ ਸੁਰਤਾ ਜਾਂ ਹਫ਼ਤਾ ਹੋ ਗਿਆ ਮੈਨੂੰ ਪਤਾ ਨੀ ਮੈਂ ਕਿੱਥੇ ਪਿਆ ਸਾਡਾ 10,000 ਰੁਪਇਆ ਲੱਗ ਗਿਆ ਦਿਨ ਰਾਤ ਅਸੀਂ ਮਜ਼ਦੂਰ ਲਾਏ ਹੋਏ ਨੇ ਹੋਇਆ ਫਰਾਰ ਇੱਧਰ ਖੁੱਲਾ ਪਿਆ ਬਾਹਰ ਮੈਨੂੰ ਚੱਕ ਕੇ ਨਾ ਉੱਪਰ ਦੇ ਜਨਾਬ ਦਰਵਾਜ਼ਾ ਤੇ ਖੁੱਲਾ ਪਿਆ ਮੈਨੂੰ ਨੀ ਪਤਾ ਦਰਵਾਜ਼ਾ ਖੁੱਲਾ ਮੈਨੂੰ ਸਿਖਾਉਣਾ ਥਾਣੇਦਾਰ ਚੱਕਰ ਸਾਨੂੰ ਐਵੇਂ ਨੀ ਲੱਗੇ ਦੋਸਤ ਆ ਮੈਨੂੰ ਵੀ ਪਤਾ ਵੀ ਖੁੱਲਾ ਪਿਆ ਬਾਹਰ ਸੱਚ ਕਰ ਲਓ ਐਮਰਜੈਂਸੀ ਤੁਹਾਡੇ ਮਗਰ ਕੋਈ ਬੰਦਾ ਪੈ ਜੇ ਕੋਈ ਡਕੈਤ ਪੈ ਜੇ ਤੁਹਾਨੂੰ ਭਜਣਾ ਪੈ ਜੇ ਤਾਂ ਦਰਵਾਜ਼ਾ ਕਿਵੇਂ ਟੱਪੋਗੇ ਰੁੱਕ ਝੱਕੋਗੇ ਹੈ ਮੈਂ ਨਾਲ ਦੀ ਨਾਲ ਤੁਹਾਨੂੰ ਟ੍ਰੇਨ ਵੀ ਦਿੰਦਾ ਸਮਝੇ ਸੋਰੀ ਜਨਾਬ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਹੌਲੀ ਮਾਰਿਆ ਕਰ ਸਲੂਟ ਮਹੀਨੇ 'ਚ 3 ਤੋੜ ਦੇਣਾ ਬੂਟ ਮੰਜੇ ਉੱਤੇ ਪਾਣੀ ਦੀ ਛੱਲ ਆਹ ਅੱਜ ਬਣ ਗਈ ਜਮਾਂ ਹੀ ਗੱਲ ਸਾਡੇ ਲੀਡਰ ਕਿੱਡੇ ਕਿੱਡੇ ਭਾਸ਼ਣ ਦਿੰਦੇ ਆ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ ਇਹ ਪਿੰਡਾਂ ਦੇ ਲੋਕ ਕੀ ਕਰਦੇ ਬਾਥਰੂਮਾਂ ਤੇ 10-10 ਲੱਖ ਰੁਪਇਆ ਲਾ ਦਿੰਦੇ ਆ ਪਰ ਜਦੋਂ ਇਹਨਾਂ ਨੇ ਨਹਾਉਣਾ ਵਿਹੜੇ 'ਚ ਮੰਜਾ ਹਟਾ ਕੇ ਨਹਾਉਣਾ ਗੱਲ ਸੁਣ ਮੈਨੂੰ ਜ਼ਿਆਦਾ ਗੁੱਸਾ ਨਾ ਦਵਾ ਤੈਨੂੰ ਫੜ ਕੇ ਨਾ ਅੰਤਰ ਕਰ ਦੂੰ ਤੈਂ ਪੁਲਿਸ ਨੂੰ ਗੁੰਮਰਾਹ ਕੀਤਾ ਮੈਂ ਤੈਨੂੰ ਦੱਸਾਂ ਹੈ ਆਏ ਕਰ ਤਲਾਸ਼ੀ ਦੇ ਆਪਣੀ ਤਲਾਸ਼ੀ ਦੇ ਜਨਾਬ ਕੱਪੜੇ ਤਾਂ ਪਾ ਲਵਾਂ ਮੈਂ ਫਿਰ ਬਾਹਰ ਆ ਕੇ ਸੋਚਿਆ ਵੀ ਹੁਣ ਡਾਕੂਆਂ ਦੀ ਨਾ ਜਿਹੜੀ ਨਸਲ ਆ ਖਤਮ ਹੁੰਦੀ ਆ ਫਿਰ ਮੈਂ ਪਹਿਲਾ ਡਾਕਾ ਮਾਰਿਆ ਸਬਜ਼ੀ ਮੰਡੀ ਸਿੱਧੀ ਗੋਲੀ ਦੇ ਮੱਥੇ ਚ ਮਾਰਨੀ ਆ ਹੁਣ ਫੜਿਆ ਗਿਆ ਭਜਨਾ ਡਾਕੂ ਕੌਣ ਆ ਜਿਹਨੇ ਮੌਤ ਨੂੰ ਮਾਸੀ ਆਖਿਆ ਥਾਣੇਦਾਰ
जनाब हथियार की लोड़ है खूब करीलू मी करानी होनिया जनाब वेलो साडे प्रधानमंत्री साहब मोदी साहब दिल्ली च जाके थाने च जाके सारे थाने दे विच झाड़ू लाए साडे जिन्ने मैंबर पार्लीमेंट आ एम पी आ एम एल ए अपने इलाके च जाके पिंडा पिंडा दे विच सफाई कर रहे और छोटे छोटे बच्चे स्कूलों के जाके टॉयलटा साफ करते हैं ताकि असी अपने देश को साफ सुथरा रखना वा। ओए बंद कर ਕੀ ਬੱਚਾ ਸਟੇਸ਼ਨ ਤੋਂ ਚੱਲੀ ਹੋਈ ਟ੍ਰੇਨ ਰੁਕ ਸਕਦੀ ਹੈ ਬੱਚਾ ਏਅਰਪੋਰਟ ਤੋਂ ਉੱਡਿਆ ਹੋਇਆ ਜਹਾਜ਼ ਰੁਕ ਸਕਦਾ ਬੱਚਾ ਭਾਂਗੜਾ ਨੰਗਾ ਦਾ ਪਾਣੀ ਬੱਚਾ ਪਰ ਇਹ ਰੋਕਿਆ ਨਹੀਂ ਰੁਕਦਾ ਇਸ ਨੂੰ ਰੋਕਣ ਵਾਲਾ ਕੋਈ ਕਾਨੂੰਨ ਨਹੀਂ ਬਣਿਆ ਇਹ ਰੋਕਿਆ ਨਹੀਂ ਰੁਕਦਾ ਬੱਚਾ ਉਹ ਬੰਦ ਕਰਨ ਨੂੰ ਤੇ ਅਸੀਂ ਬੰਦੇ ਦਾ ਬੜਾ ਕੁਛ ਬੰਦ ਕਰ ਦਈਏ ਪਰ ਸਾਡੇ ਕੋਲ ਅੱਜ ਟਾਈਮ ਹੈ ਨਹੀਂ ਇਹ ਬੰਦੇ ਦਾ ਅੱਜ ਮੈਂ ਚਲਾਨ ਕੱਟਣਾ ਹੀ ਕੱਟਣਾ ਮੈਂ ਤੈਨੂੰ ਦੱਸਾਂ ਮੁੜ ਪਰ ਆਈ ਤਾਂ ਇਹਦਾ ਹੈਲੋ ਆਉਨੇ ਆ ਜੀ ਕੈਦੀ ਕੈਦੀ ਜੀ ਇੱਧਰ ਗਲੀ 'ਚ ਲੱਗਿਆ ਪਿਆ ਜੀ ਸੂਟ ਦਾ ਉਹ ਮੂਹਤ ਜਨਾ ਮੂਹਤ ਕਰਨ ਲੱਗਿਆ ਪਿਆ ਗਲੀ 'ਚ ਲੱਗਿਆ ਪਿਆ ਭਰਾ ਜਲਦੀ ਲੈ ਕੇ ਆ ਜਲਦੀ ਲੈ ਕੇ ਆ ਸਾਰਾ ਦਿਨ ਗਵਾਤਾ ਤੂੰ ਇਸੇ ਕੰਮ ਤੇ ਹਾਂਜੀ ਹਾਂ ਬਸ ਆਉਨੇ ਆ ਜੀ ਅਸੀਂ ਹੁਣੇ ਆਉਨੇ ਛੱਡੋ ਜਨਾਬ ਆਪਾਂ ਚੱਲੀਏ ਡੀ ਐਸ ਪੀ ਉਡੀਕ ਕਰੀ ਜਾਂਦਾ ਆਪਣੀ ਦੇਖੋ ਮੈਂ ਤੁਹਾਨੂੰ ਇੱਕ ਦੱਸ ਦੇਣਾ ਇੱਕ ਦਿਨ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡਾ ਪੰਜਾਬ ਕੈਨੇਡਾ ਅਮਰੀਕਾ ਦੇ ਨਾਲੋਂ ਔਰ ਸਫਾਈ ਦੇ ਵਿੱਚ ਅੱਵਲ ਰਹੂਗਾ ਕੌਣ ਕਿਹਦੇ ਸੱਚਿਆ ਉਹ ਇੱਧਰ ਨਹੀਂ ਜਨਾਬ ਇੱਧਰੋਂ ਆਇਆ ਜੇ ਕੌਣ ਸਾਹਮਣੇ ਆਵੇ ਸਾਹਮਣੇ ਆਵੇ ਹੈ ਆਏ ਕਰ ਬੀਪੀ ਆ ਸੱਚਿਆ ਵਾ ਆਏ ਕਰ ਮੇਰੇ ਸੱਚ ਬੱਠਲ ਮਾਰ ਦੇ ਭਾਈ ਬੱਠਲ ਤਾਂ ਮਾਰ ਵੀ ਦੇਣਾ ਸੀ ਪਰ ਕੂੜਾ ਜਿਹੜਾ ਬਚਿਆ ਪਿਆ ਉਹ ਵੀ ਤਾਂ ਸਿੱਟਣਾ ਹਲੇ ਲੱਗਦਾ ਜਨਾਬ ਇਹਨਾਂ ਨੇ ਮੋਦੀ ਸਰਕਾਰ ਦੀ ਸਵੱਛ ਭਾਰਤ ਅਭਿਆਨ ਦੀ ਐਡ ਨਹੀਂ ਵੇਖੀ ਛੱਡ ਖੜਾ ਚੱਲੀਏ ਹੁਣ ਤੁਸੀਂ ਆਹੋ ਤਾਂ ਡੀ ਐਸ ਪੀ ਨੇ ਕੀੜਾ ਚਾੜਿਆ ਹੋਇਆ ਸਮਝ ਨਹੀਂ ਇਹ ਕੁੱਤੇ ਦੀ ਪੂਛ ਸਿੱਧੀ ਨਹੀਂ ਹੋ ਰਹੀ ਆ ਮੈਂ ਤੁਹਾਨੂੰ ਦੱਸਾਂ ਡਾਨ ਨੂੰ ਫੜਨ ਨੂੰ ਫਿਰਦੇ ਹਮ ਤਾਂ ਡਾਨ ਹੀ ਰਹੇਂਗੇ ਹਮ 24 ਅਵਰ ਡਾਨ ਹੈ ਔਰ ਆਗੇ ਵੀ ਰਹੇਂਗੇ ਔਰ ਪਹਿਲੇ ਵੀ ਰਹੇ ਸੀ ਦੱਸੋ ਮੈਨੂੰ ਗਾਇਆ ਕਿੱਧਰ ਨੂੰ ਹੈ ਨਾਨੀ ਆਉਂਦੀਆਂ ਖੂਬ ਕਰੀਬ ਨੂੰ ਮੀਂਹ ਨਾਨੀ ਆਉਂਦੀਆਂ ਹੋ ਗਈ ਸੌਣ ਵੀ ਨਹੀਂ ਦਿੰਦੇ ਕਰ
ਦੱਸਿਆ ਜੀ ਜਨਾਬ ਉਹ ਕਹਿੰਦੀ ਇਹਨੂੰ 30 ਕਿਲੋਮੀਟਰ ਤੋਂ ਸ਼ਿਫਟ ਕਰਾਉਣਾ ਹੈ ਕਿ ਦਿੱਲੀ ਲੈ ਕੇ ਜਾਣਾ ਤੂੰ ਜਨਾਬ ਬਸ ਪਹੁੰਚਣ ਵਾਲੀ ਆ ਅਜੇ ਪਹੁੰਚਣ ਵਾਲੀ ਆ ਮੈਨੂੰ ਕਹਿੰਦਾ ਤੂੰ ਮੂਰਖ ਤੇ ਨਹੀਂ ਬਣਾ ਰਿਹਾ ਨਹੀਂ ਜਨਾਬ ਮੂਰਖਾਂ ਨੂੰ ਮੂਰਖ ਕੀ ਬਣਾ ਮਤਲਬ ਨਹੀਂ ਮੈਂ ਕਿਹਨੇ ਜੀ ਮਤਲਬ ਮੈਂ ਤੁਹਾਨੂੰ ਮੂਰਖ ਕਿਉਂ ਬਣਾ ਸਕਦਾ ਉਹ ਕਿੱਕਰ ਸਿੰਘ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਹਾਂਜੀ ਜਨਾਬ ਅੱਜ ਤੋਂ ਪੂਰੇ 20 ਸਾਲ ਪਹਿਲਾਂ ਮੈਂ ਵੀ ਐਵੇਂ ਕੈਦੀ ਨੂੰ ਫੜ ਰਿਹਾ ਸੀ ਅੱਛਾ ਯਾਰ ਰਸਤੇ ਵਿੱਚ ਕਦੀ ਹੁਣ ਮੈਂ ਚਾਹ ਪਿਆ ਰਿਹਾ ਸੀ ਕਦੀ ਡੀ ਐਸ ਪੀ ਸਾਹਿਬ ਨੂੰ ਬਹਾਨਾ ਲਾਈ ਜਾ ਰਿਹਾ ਉਹ ਪਹੁੰਚ ਗਏ ਜੀ ਪਹੁੰਚ ਗਏ ਬਸ ਜੀ 5 ਮਿੰਟ ਹੋਰ ਜੀ 10 ਮਿੰਟ ਜੀ ਹੋਰ ਦੇਖ ਜਨਾਬ ਅਸਲ 'ਚ ਗੱਲ ਪਤਾ ਕੀ ਸੀ ਕਦੀ ਯਾਰ ਮੇਰੇ ਤੋਂ ਫਰਾਰ ਹੋ ਗਿਆ ਸੀ ਜਨਰਲ ਕੋਈ ਬੜੀ ਮਾੜੀ ਆ ਕੀ ਜਨਾਬ ਮੇਰਾ ਸਿੱਧੇ ਸਸਪੈਂਸ਼ਨ ਆਰਡਰ ਆ ਗਿਆ ਸਸਪੈਂਡ ਹੋ ਗਏ ਜੀ ਤੁਸੀਂ ਮੈਨੂੰ ਵੀ ਬਸ ਸਸਪੈਂਡ ਹੀ ਸਮਝ ਕੀ ਕਹਿ ਰਿਹਾ ਤੂੰ ਕਿੱਕਰ ਸਿੰਘ ਮਤਲਬ ਇਹ ਆ ਜੀ ਭਜਨਾ ਬਦਵਾ ਅਸ ਭੱਜ ਗਿਆ ਜੀ ਪੜਨਾ ਵੱਜ ਗਿਆ ਮੇਰੇ ਕੋਲ 2 ਮਿੰਟ ਦੇ ਅੰਦਰ ਮੇਰੇ ਕੋਲ ਹਾਜ਼ਰ ਹੋ ਕੌਣ ਬਦਤਮੀਜ਼ ਰੋਲਾ ਪਾ ਰਿਹਾ ਹੈ ਇੰਨੀ ਰਾਤ ਹੋ ਗਈ ਸੌਣ ਵੀ ਨਹੀਂ ਦਿੰਦੇ ਉਹ ਖੁਦਾ ਹਾਲ ਵੀ ਮੇਰੇ ਨਾਲ ਨਹੀਂ ਅੰਦਰ ਗੱਡੀ ਬੰਦੀ ਕਿਹੜੀ ਗੱਲ ਹੈ ਜੀ ਉਹ ਕਿਹੜਾ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰ ਗਿਆ ਮੈਂ ਕਿਹੜਾ 15 ਦਿਨ ਪੈਣ ਦਾ ਤੇ ਫੜ ਕੇ ਤੁਹਾਡੇ ਪੈਰਾਂ ਚ ਨਾ ਸਿੱਟਾ ਤਾਂ ਕਿੱਕਰ ਸਿੰਘ ਨਾਲ ਉਹ ਮੈਂ ਉਹਨੂੰ ਕੱਲ ਪੇਸ਼ ਕਰਨਾ ਹੈ ਜਨਾਬ ਮੈਨੂੰ ਮੌਕਾ ਦਿਓ ਜੀ ਮੌਕਾ ਜਨਾਬ ਜੇ ਚੁਕਾਈ ਫਿਰਦੇ ਹੋ ਮੌਕਾ ਦਿਓ ਮੌਕਾ ਦਿਓ ਨਾਲੇ ਤੈਨੂੰ ਕਿੰਨੀ ਵਾਰੀ ਕਿਹਾ ਜਦੋਂ ਸੀਨੀਅਰ ਅਫਸਰ ਬੈਠੇ ਗੱਲਾਂ ਕਰਦੇ ਵਿੱਚ ਉਹਦੀ ਲੱਤ ਮਾੜ ਆਇਆ ਕਰ ਸੀਨੀਅਰ ਜਮੀਰ ਦੀ ਗੱਲ ਨਹੀਂ ਹੈਗੀ ਜਨਾਬ ਦੀ ਨੱਕ ਦਾ ਸਵਾਲ ਹੈ ਨੱਕ ਵੱਡੀ ਚੋ ਅੱਗੇ ਇਹਨੂੰ ਅੱਧਾ ਗੱਲ ਕਰਿਆ ਤੇ ਬਸ ਉਹਨਾਂ ਦਾ ਨੱਕ ਵੱਡਣ ਨੂੰ ਫਿਰਦਾ ਤੂੰ ਚੁੱਪ ਬਟਰ ਬਟਰ ਬੋਲੀ ਜਾਂਦੇ ਸੰਦੀਪ ਜੀ ਜਨਾਬ ਮੈਂ ਤੈਨੂੰ ਆਰਡਰ ਦਿੰਦਾ ਮੈਨੂੰ 2 ਦਿਨ ਦੇ ਅੰਦਰ ਅੰਦਰ ਬੰਦਾ ਚਾਹੀਦਾ ਜੇ ਤੂੰ ਉਹ ਬੰਦਾ ਫੜ ਲਿਆ ਤਾਂ ਇਸ ਟਾਰ ਪੱਟ ਕੇ ਮੈਂ ਤੇਰੇ ਲਾ ਦਿਆਂਗਾ ਇਹਨੇ ਕਦੇ ਬਿੱਲੀ ਨੀ ਫੜੀ ਹੈ ਜੀ ਡਾਕੂ ਨੂੰ ਕਿਤੇ ਮੈਂ ਤਾਂ ਕਹਿੰਦਾ ਹੇ ਭੂੰਡਾ ਵਾਲੇ ਬਾਬਾ ਮੁੜ ਕੇ ਆਵੇ ਹੀ ਨਾ ਗੱਲਾਂ ਤੋਂ ਸਫਾਈ ਹੋਰ ਆਉਂਦਾ ਕੀ ਬੰਦ ਕਰੋ ਟਾਈਮ ਬੰਦੇ ਮੇਰੇ ਕੋਲ ਹੋਰ ਬੈਠੇ ਉਹ ਕਬਰ ਬੋੜ ਸਿੰਘ ਮੈਨੂੰ ਤਾਂ ਸ਼ੱਕ ਪੈਂਦਾ ਪੈਨੇ ਦੀ ਤੇ ਸੰਦੀਪ ਦੀ ਜੀ ਆਪਸ ਵਿੱਚ ਗਿੜ ਬੈਠੇ ਬਿਲਕੁਲ ਠੀਕ ਕਹਿਣਾ ਤੂੰ ਬਿਲਕੁਲ ਠੀਕ ਤਿਲਕ ਐਵੇਂ ਨਹੀਂ ਉਹ ਰਾਤੋ ਰਾਤ ਸਟਾਰ ਲੱਗਦੇ ਤੇ ਲੈਂਦੇ ਹੁਣ ਪੈਨਾ ਅੰਦਰ ਹੋਏ ਗਈ ਪੱਕਾ ਠੋਕਰ ਗਏ ਆਪਾਂ ਨੂੰ ਕੀ ਇੱਥੇ ਵੱਜਦਾ ਇੱਥੇ ਵੱਜਦਾ ਤੇ ਸਟਾਰ ਗੱਲ ਦਾ ਸ਼ੁਕਰ ਹੈ ਸੰਦੀਪ ਅਸੀਂ ਪੁਰਾਣੇ ਖੰਡ ਹੋ ਗਏ ਮੈਨੂੰ ਵਿੱਚੋਂ ਪਤਾ ਲੱਗ ਗਿਆ ਡਿਪਟੀ ਸਾਹਿਬ ਵੀ ਉਹਦੀ ਸਪੋਰਟ ਕਰ ਕੋਈ ਗੱਲ ਨਹੀਂ ਮੈਨੂੰ ਸੜਕ ਤੇ ਲਿਆ ਤਾ ਮੇਰੇ ਲਾ ਕੇ ਸਟਾਰ ਤਾਂ ਪਤਾ ਨਹੀਂ ਕੀ ਗੱਲ ਦਾਰੂ ਵੀ ਨਸ਼ਾ ਨਹੀਂ ਕਰਦੀ ਹੈ ਦਾਰੂ ਵੀ ਨਸ਼ਾ ਨਹੀਂ ਕਰਦੀ ਨੀਂਦ
यार पार्टी तो बाल ही कैम की खुश हो गए यार, मजा ही आ गया। खुश किया जवाना संदीप, रियली आई एम प्राउड ऑफ यू बॉय। थैंक यू सर। तू वाकई मेरी इज्जत रख ली, पर जे मैं तेन भजन पढ़ने का मौका ना दिखाऊंगा तेरी सलाह नहीं लगी। तेरी भज नट बहुत हो गई, रेस्ट की लोड़ है, तू 10-15 दिन छुट्टी ला दे, मौजा मार। ओ छुट्टी दे ता जनाब मैं चला जाऊंगा, पर थाना कौन सांभूगा? थाना तो हुण संदीप ही सांभूगा। ओ ये तो ता जनाब बिल्ली दा बलूंगड़ा नहीं सांभया जांदा, ये थाना एडा वड्डा थाना कित्थों सांभ लूंगा। वे थोड़ी मर्जी आ, चलो जे तुसी कहिंदे हो तां चले जाना। जनाब बेलो इंजी हरकता, रस्सी जल गई पर बल नहीं गया आंदा। मैनूं लगदा तू पक्का ही जा रहा है। पक्का ही समझ लो, अजे तां मेरे जाण तों बाद आवाज आऊगी। एक कौन है भाई? देख लो। सर माई सर किकर सिंह। ये हालत किन्ने कितने किकर से हैं? ओ जनाब की दसा, ओ भजना डाकू पता नहीं सुनामी आंगू कितों आया। जनाब अपना प्यार और प्यार नु गोली मार। थोड़ा मार दिने 100 गालां अर्गी इको दुआ दिने सर जी। पल्ला नहीं कह सकते? कह तो सकती हां पर की करा, जदों भी तैनू पल्ला कहण दी कोशिश करदी आ ना मेरे मुझ पानी आ जांदा। ओ मैं रेड़ी वाले पल्ले दी गल नहीं कर रहा,
मैं गेड़ी आले पल्ले की गल कर रहा कि मैं थोड़े आले दुआले किवें गेड़ियां मारदा नॉटी